हेलो वेलकम टू मिक्सर सिटी चैनल सो टाइटल टॉप सेवन टेक्नोलॉजी फैक्ट्स पार्ट टू जो किसी ने पार्ट वन नहीं देखा तो उनका लिंक डिस्क्रिप्शन दिता गया जाके देख सकते हैं सो आ पार्ट टू का फैक्ट नंबर सेवन है कि जो टेक्नोलॉजी नहीं अति गई सौ साल पहला शुरू नहीं ही गई ਉਹ 3000 BC ਤੋਂ ਚੱਲਦੀ ਪਈ ਹੈ ਯਾਨੀ ਕਿ ਉਹ 5000 ਸਾਲ ਪੁਰਾਣੀ ਚੀਜ਼ ਹੈ ਉਹ ਕੋਈ ਅੱਜ ਦੀ ਮਾਡਰਨ ਚੀਜ਼ ਟੈਕਨੋਲੋਜੀ ਬਿਲਕੁਲ ਨਹੀਂ ਹੈਗੀ ਸੋ ਗਾਇਸ ਜੋ ਲੋਕੀ ਲਿੰਕ ਕਰਦੇ ਬਿਟ ਟੈਕਨੋਲੋਜੀ ਨੂੰ ਮਾਡਰਨ ਚੀਜ਼ਾਂ ਨਾਲ ਉਹ ਸਿਰਫ ਆਹੀ ਨਹੀਂ ਹੈ ਟੈਕਨੋਲੋਜੀ ਬਹੁਤ ਸਨਾ ਤੋ ਇੱਕਦਮ ਪ੍ਰਾਚੀਨ ਕਾਲ ਤੋਂ ਚੱਲਦੀ ਆਂਦੀ ਚੀਜ਼ ਹੈ ਪ੍ਰਾਚੀਨ ਭਾਰਤ ਪ੍ਰਾਚੀਨ ਇਜੀਪਟ ਪ੍ਰਾਚੀਨ ਰੋਮ ਸਾਰਿਆਂ ਵਿੱਚ ਟੈਕਨੋਲੋਜੀ ਬਹੁਤ ਵੱਡਾ ਰੋਲ ਨਿਭਾ ਚੁੱਕੀ ਹੈ ਤੇ ਬਹੁਤ ਪੁਰਾਣੀ ਚੀਜ਼ ਹੈ ਸੋ ਗਾਇਸ ਫੈਕਟ ਨੰਬਰ 6 ਆਏਗਾ ਕਿ ਜਿੱਦਾਂ ਕਿ ਕੁਝ ਲੋਕਾਂ ਨੂੰ ਪਤਾ ਹੀ ਹੋਏਗਾ ਕਿ ਆਪਣੇ ਜੀ ਸੀ ਪੀ ਯੂਸ ਹੁੰਦੇ ਆ ਜੋ ਕਿ ਆਪਣੇ ਸੀ ਪੀ ਯੂ ਪ੍ਰੋਸੈਸਰ ਲੈਪਟਾਪ ਵਿੱਚ ਜੋ ਕੁਝ ਹੁੰਦਾ ਨੰਦਰ ਸੋਨਾ ਪਾਇਆ ਜਾਂਦਾ ਆ ਕੋਈ ਫੈਕਟ ਨਹੀਂ ਹੈਗਾ ਆ ਬਹੁਤ ਲੋਕਾਂ ਨੂੰ ਆਲਰੇਡੀ ਪਤਾ ਹੀ ਪਰ ਫੈਕਟ ਆਏਗਾ ਕਿ ਉਹਦੇ ਸਿਰਫ ਸੋਨਾ ਨਹੀਂ ਹੁੰਦਾ ਸੋਨੇ ਦੇ ਇਲਾਵਾ ਹੋਰ ਵੀ ਬਹੁਤ ਰੀਅਰ ਮੈਟਲਸ ਬਹੁਤ ਹੈ ਹੋਈ ਚੀਜ਼ਾਂ ਦੀਆਂ ਜੋ ਕਿ ਜਿੰਨਾਂ ਦੀ ਕੀਮਤ ਸੋਨੇ ਦੇ ਬਰਾਬਰ ਹੈ ਹੈ ਸੋਨੇ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਇਹੋ ਜੀ ਕਈ ਚੀਜ਼ਾਂ ਹੈਗੀਆਂ ਜੋ ਕਿ ਆਪਣੇ ਸੀ ਪੀ ਯੂ ਵਿੱਚ ਹੁੰਦੀਆਂ ਜਿੱਦਾਂ ਕਿ ਸੋਨੇ ਦੇ ਇਲਾਵਾ ਡਾਇਮੰਡਸ ਵੀ ਆਪਣੇ ਸੀਪੀ ਵਿੱਚ ਪਾਏ ਜਾਣਗੇ ਕਾਪਰ ਪਾਇਆ ਜਾਏਗਾ ਜੋ ਕਿ ਥੋੜੀ ਸਸਤੀ ਜੀ ਹੈ ਪਰ ਕਾਪਰ ਵੀ ਹੁੰਦਾ ਹੈ ਐਲਮੀਨੀਅਮ ਵੀ ਹੁੰਦਾ ਹੈ ਮਰਕਰੀ ਵੀ ਹੁੰਦੀ ਹੈ ਬਹੁਤ ਚੀਜ਼ਾਂ ਇੱਕ ਸਾਹਮਣੇ ਕਹਿ ਸਕਦੇ ਕਿ ਮੇਰੀ ਸਕਰੀਨ ਤੇ ਇੱਕ ਪੀਰੀਆਡਿਕ ਟੇਬਲ ਦਿਖਦਾ ਹੋਏਗਾ ਤੇ ਆਪਰੇ ਪੀਰੀਆਡਿਕ ਟੇਬਲ ਵਿੱਚ 118 ਐਲੀਮੈਂਟ 118 ਐਲੀਮੈਂਟ ਸਾਰੇ ਪੂਰੇ ਤੇ ਇਹਦੇ ਚੋ ਇੱਕ ਨੋਰਮਲ ਐਵਰੇਜ ਸਸਤੇ ਰਸਤੇ ਸਸਤੇ ਸੀਪੀ ਵਿੱਚ ਵੀ ਆਲਮੋਸਟ 3 ਐਲੀਮੈਂਟਸ ਹੋਣਗੇ ਹਰ ਸੀਪੀ ਵਿੱਚ ਇੰਨਾ ਹੀ ਚੋ ਕੋਈ 3 ਹੋਣਗੇ ਜੇ ਆਪਾਂ ਮਹਿੰਗਿਆਂ ਦੀ ਗੱਲ ਕਰੀਏ ਤਾਂ ਉਹਦੇ 50 60 70 ਤੱਕਰ ਵੀ ਗੱਲ ਜਾ ਸਕਦੀ ਹੈ ਤੇ ਆਹ ਸਭ ਕੱਲੇ-ਕੱਲੇ ਐਲੀਮੈਂਟ ਦੀ ਕੀਮਤ ਕਈ ਵਾਰੀ ਕਰੋਨਾ ਦੇ ਕਰੀ ਪਹੁੰਚ ਜਾਂਦੀ ਹੈ ਸੋ ਗਾਇਸ ਆ ਵੀ ਇੱਕ ਫੈਕਟ ਹੈ ਕਿ ਕਿ ਪ੍ਰਿੰਸੀਪਲ ਬਹੁਤ ਮਹਿੰਗਾ ਮਾਲ ਹੁੰਦਾ ਪਰ ਉਹ ਇੰਨੀ ਘੱਟ ਗਿਣਤੀ ਵਿੱਚ ਹੁੰਦਾ ਐਨਾ ਘੱਟ ਹੁੰਦਾ ਕਿ ਆਪਾਂ ਉਹਨੂੰ ਬਾਹਰ ਕਰਕੇ ਵੇਚਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਬਹੁਤ ਸਸਤਾ ਵਿਕੇਗਾ ਕਿਉਂਕਿ ਉਹਦੀ ਕੁਆਂਟੀਟੀ ਬਹੁਤ ਘੱਟ ਹੁੰਦੀ ਐਨਾ ਕੋਈ ਨਹੀਂ ਹੋਏਗਾ ਪਰ ਹੁੰਦਾ ਸੋ ਗਾਇਸ ਫੈਕਟ ਨੰਬਰ 5 ਆਇਆ ਕਿ 2 ਨਵੰਬਰ 2 ਨਵੰਬਰ 2000 ਆਹ ਡੇਟ ਕੋਈ ਆਮ ਡੇਟ ਨਹੀਂ ਹੈਗਾ ਕਿ ਇਤਿਹਾਸਕ ਤਰੀਕਾ ਇੱਕ ਹਿਸਟੋਰੀਕਲ ਡਾਟਾ ਕਿਉਂਕਿ ਇਸ ਦਿਨ ਕੁਝ ਇਹੋ ਜਿਹਾ ਹੋਇਆ ਸੀ ਜੋ ਕਿ ਪੂਰੀ ਧਰਤੀ ਦੇ ਇਤਿਹਾਸ ਦੇ ਇੱਕ ਬਹੁਤ ਵੱਡਾ ਦਿਨ ਹੈ ਕੀ ਹੋਇਆ ਸੀ ਲਾਸਟ ਦਿਨ ਹੀ ਉਹ ਵਾਲਾ ਜਦੋਂ ਕਿ ਸਾਰੀ ਧਰਤੀ ਦੇ ਇਨਸਾਨ ਸਾਰੀ ਧਰਤੀ ਦੇ ਇਨਸਾਨ ਇਕੱਠੇ ਇਸ ਧਰਤੀ ਦੇ ਉੱਪਰ ਹੀ ਗਏ ਸੀ ਤੇ ਕੋਈ ਵੀ ਬਾਹਰ ਨਹੀਂ ਹੈਗਾ ਉਸ ਤੋਂ ਬਾਅਦ ਇਸ ਦਿਨ ਤੋਂ ਬਾਅਦ ਦੇ ਆਪਾਂ ਸਾਰੇ ਇਨਸਾਨ ਇਕੱਠੇ ਇਸ ਤਰ੍ਹਾਂ ਨਹੀਂ ਹੈਗੇ ਤੇ ਐਟ ਲੀਸਟ ਕੋਈ ਨਾ ਕੋਈ ਇੱਕ ਬਾਅਦ ਸਪੇਸ ਤੇਰਦਾ ਹੁੰਦਾ ਹੈ ਬਾਅਦ ਸਪੇਸ ਤੇ ਕਿਤੇ ਹੋਰ ਬਿਠਾ ਹੁੰਦਾ ਹੈ ਤੇ ਆਪਣੀ ਧਰਤੀ ਤੇ ਨਹੀਂ ਹੁੰਦਾ ਸੋ ਲਾਸਟ ਦਿਨ ਜਿਹੜੋਂ ਕਿ ਸਾਰੇ ਧਰਤੀ ਤੇ ਰਹਿਣ ਵਾਲੇ ਇਨਸਾਨ ਧਰਤੀ ਦੇ ਉੱਪਰ ਹੀ ਗਹੀ ਉਹ ਹੀ 2 ਨਵੰਬਰ 2000 ਸੋ ਗイズ ਫੈਕਟ ਨੰਬਰ 4 ਹੈ ਕਿ ਜੋ ਦੁਨੀਆ ਦੀ ਪਹਿਲੀ ਹਾਰਡ ਡਿਸਕ ਸੀ ਜੋ ਫਰਸਟ ਐਵਰ ਹਾਰਡ ਡਿਸਕ ਜ ਬਣਾਈ ਗਈ ਸੀ ਉਹਨਦੀ ਸਟੋਰੇਜ ਕੈਪੈਸਿਟੀ ਹੈਗੀ ਸਿਰਫ 5MB ਤੇ ਉਹਦਾ weight ਜੇ ਆਪਾਂ ਤੋਲ ਕੇ ਵੇਖੀਏ ਤੇ ਉਹਦਾ weight ਹੈਗਾ ਹੀ 10 ਤੋਂ ਜ਼ਿਆਦਾ ਯਾਨੀ ਕਿ 1000 ਕਿਲੋ ਤੋਂ ਵੀ ਥੋੜਾ ਜ਼ਿਆਦਾ ਉਹਦਾ ਭਾਰ ਵੀ ਤੇ ਉਹਨਦੀ ਸਟੋਰੇਜ ਕੈਪੈਸਿਟੀ ਸਿਰਫ 5MB ਹੀ ਉਹ ਕੁਝ ਐਹੋ ਜਿਹੀ ਦਿਖਦੀ ਸੀ ਜਿਹੜੀ ਕਿ ਸਾਨੂੰ ਆਪਣੀ ਸਕਰੀਨ ਤੇ ਇੱਕ ਫੋਟੋ ਦਿਖਦੀ ਨਹੀਂ ਆ ਤਾਂ ਗਾਇਸ ਐਸ ਜਗ੍ਹਾ ਤੋਂ ਸ਼ੁਰੂ ਹੋਈ ਹੀ ਹਾਰਡ ਡਿਸਕ ਤੇ ਅੱਜਕੱਲ ਤੇ ਇੱਕ ਟੀਵੀ ਦੀ ਹਾਰਡ ਡਿਸਕ ਜਿਹੜੀ ਹੈ ਉਹ ਇੰਨੇ ਕੁ size ਜਾਈ ਮਿਲ ਜਾਂਦੀ ਹੈ ਜਿੰਦਾ ਕਿ ਭਾਰ ਵੀ ਸ਼ਾਇਦ ਅੱਧੇ ਕਿਲੋ ਤੋਂ ਵੀ ਘੱਟ ਹੋਏਗਾ ਸੋ ਗイズ ਫੈਕਟ ਨੰਬਰ 3 ਆਏਗਾ ਕਿ ਜਿੱਦਾਂ ਕਿ ਕੋਈ ਵੀ ਬੰਦਾ ਆਪਣੇ ਕੰਪਿਊਟਰ ਤੇ ਕੰਮ ਕਰਦਾ ਪਿਆ ਆਪਣੇ ਕੰਪਿਊਟਰ ਤੇ ਤਾਂ ਆਪਾਂ ਕੀਬੋਰਡ ਨਾਲ ਟਾਈਪਿੰਗ ਕਰਦੇ ਆ ਨਾਲ ਮਾਊਸ ਨਾਲ ਥੋੜਾ ਬੋਤ ਹੈ ਇਦਾਂ ਥਿਲਾਣੇ ਜੇ ਕੋਈ ਲੈਪਟਾਪ ਵਾਲਾ ਬੰਦਾ ਹੈ ਤਾਂ ਉਹ ਟਰੈਕਪੈਡ ਉੱਪਰ ਹੁੰਗਲਨਾਂਦਾ ਇਹਦੇ ਥੋੜੀ ਬੋਤੀ ਜੋ ਹੈਂਡ ਦੀ ਮੂਵਮੈਂਟ ਹੁੰਦੀ ਹੈ ਆਪਾਂ ਇਹ ਸਾਰੀ ਮਿਲ ਕੇ ਤੇ ਇੱਕ ਸਟ੍ਰੇਟ ਲਾਈਨ ਵਿੱਚ ਬਣਾਈਏ ਤਾਂ 올ਮੋਸਟ 2 ਕਿਲੋਮੀਟਰ ਤੱਕ ਆਪਣਾ ਹੱਥ ਦੂਰ ਜਾਂਦਾ ਪਿਆ ਸਿਰਫ ਇਹ ਕੰਪਿਊਟਰ ਤੇ ਕੁਝ ਦਿਨ ਦੇ 4 ਘੰਟੇ ਕੰਮ ਕਰਨ ਨਾਲ ਵੀ ਆਪਣਾ ਹੱਥ 2 ਕਿਲੋਮੀਟਰ ਟਰੈਵਲ ਕਰਦਾ ਪਿਆ ਸੋ ਗਾਇਸ ਇਹ ਆ ਹੀ ਇੱਕ ਫੈਕਟ ਹੈ ਕਿ ਆਪਾਂ ਜੇ ਕੰਪਿਊਟਰ ਤੇ ਕੰਮ ਕਰਦੇ ਸਾਡੇ ਹੱਥ ਬਹੁਤ ਜ਼ਿਆਦਾ ਐਕਟਿਵ ਉਸ ਟਾਈਮ ਤੇ ਹੁੰਦੇ ਆ ਸਾਡੇ ਹੱਥ ਬਹੁਤ ਜ਼ਿਆਦਾ ਵਰਕ ਕਰਦੇ ਹੁੰਦੇ ਆ ਤੇ ਜਿਹੜਾ ਬੰਦਾ ਕੰਪਿਊਟਰ ਤੇ ਦਿਨ ਚ 3 ਘੰਟੇ 4 ਘੰਟੇ ਕੰਮ ਕਰਦਾ ਉਹਨੂੰ ਹੋਰ ਮਰਜ਼ੀ ਹੋਰ ਦੀ ਮਰਜ਼ੀ ਹੋ ਜਾਏ ਪਰ ਉਹਦੇ ਕਦੀ ਹੱਥ ਖਰਾਬ ਨਹੀਂ ਹੋਣਗੇ ਉਹਦੇ ਹੱਥ ਹਰ ਟਾਈਮ ਤੇ ਕੰਮ ਕਰਦੇ ਹੁੰਦੇ ਹੁੰਦੇ ਹੱਥ ਹਰ ਟਾਈਮ ਤੇ ਆਪਣੇ ਆਪ ਨੂੰ ਬਿਜ਼ੀ ਰੱਖਦੇ ਬੰਦੇ ਹੱਦ ਪਹੁੰਚਿਆ ਸਟਰੋਂਗ ਹੋਣਗੇ ਸੋ ਗਾਇਸ ਫੈਕਟ ਨੰਬਰ 2 ਆ ਕਿ ਜੋ ਦੁਨੀਆ ਦਾ ਪਹਿਲਾ ਕੰਪਿਊਟਰ ਵਾਇਰਸ ਸੀ ਜੋ ਵਾਇਰਸ ਹੁੰਦੇ ਆ ਜੋ ਪਹਿਲਾ ਵਾਇਰਸ ਹੈਗਾ ਹੀ ਉਹ 1971 ਵਿੱਚ ਬਣਾਇਆ ਗਿਆ ਸੀ ਉਹਦੀ ਇਨਵੈਂਸ਼ਨ ਕੀਤੀ ਗਈ ਸੀ ਆ ਵੇਖਣ ਵਾਸਤੇ ਕਿ ਇਹ ਕੰਪਿਊਟਰ ਦੂਜੇ ਕੰਪਿਊਟਰ ਦੇ ਕਰ ਵਾਇਰਸ ਕਿਦਾਂ ਫੈਲੇਗਾ ਤੇ ਉਹ ਵਾਇਰਸ ਕੋਈ ਵੀ ਖਰਾਬੀ ਨਹੀਂ ਕਰਦਾ ਕੰਪਿਊਟਰ ਸੱਚੋ ਬਸ ਇੱਕ ਮੈਸੇਜ ਸ਼ੋਅ ਕਰਦਾ ਹੈ ਸਕਰੀਨ ਤੇ ਕਿ ਆਈ ਐਮ ਕ੍ਰੀਪਰ ਫਾਈਂਡ ਮੀ ਇਫ ਯੂ ਕੈਨ ਤੇ ਉਸ ਵਾਇਰਸ ਦਾ ਨਾਮ ਰੱਖਿਆ ਗਿਆ ਹੀ ਕ੍ਰੀਪਰ जिन्होंने कि बस एक, एक एक्सपैरीमेंट वस्ते बनाया गया है कि किदा एक कंप्यूटर तो दूजे कंप्यूटर से वायरस जा सकता है सो so, इस फैक्ट नंबर वन आ गया कि जिदा कि सारे पता ही है कि जो एक पी बी होंगे एक हज़ार टी बी ऑलमोस्ट होंगे एग्जैक्ट नंबर की गल करिए वन जीरो टू फोर टी बीस एक पी बी अंदर होंगे सो फैक्ट इन चाहिए कि जब आप पीबीस यानी कि ऑलमोस्ट पां हज़ार TB ਤੋਂ ਥੋੜਾ ਜ਼ਿਆਦਾ ਤੇ ਉਹਦੇ ਜੇ ਆਪਾਂ ਕੀ ਕਰ ਸਕਦੇ ਪੂਰੇ ਇਤਿਹਾਸ 'ਚ ਇਨਸਾਨਾਂ ਨੇ આજ ਤੱਕ ਜੋ ਕੁਝ ਵੀ ਰਿਟਰਨ ਫਾਰਮ 'ਚ ਕਦੀ ਲਿਖਿਆ ਹੈ ਕੰਦਾਂ ਤੇ ਲਿਖਿਆ ਹੈ ਬੁੱਕਸ 'ਚ ਲਿਖਿਆ ਹੈ ਕਾਣੀਆਂ ਲਿਖੀਆਂ ਹੈ ਕੋਈ ਗ੍ਰੰਥ ਲਿਖਿਆ ਹੈ ਕੋਈ ਵੇਦ ਲਿਖਿਆ ਹੈ ਜੋ ਕੁਝ ਵੀ ਅੱਜ ਤੱਕ ਲਿਖਿਆ ਗਿਆ ਹੈ ਸਾਇੰਸ ਦੀ ਬੁੱਕ ਲਿਖੀ ਆ ਹਿਸਟਰੀ ਦੀ ਬੁੱਕ ਲਿਖੀ ਆ ਅਲਾਦੀਨ ਦੀ ਕਹਾਣੀ ਲਿਖੀ ਹੈ ਜੋ ਕੁਝ ਵੀ ਲਿਖਿਆ ਹੈ ਉਹ ਸਾਰਾ ਕੁਝ ਪੰਜ ਪੀਬੀ ਦੀ ਸਟੋਰੇਜ ਅੰਦਰ ਸਟੋਰ ਹੋ ਸਕਦਾ ਹੈ ਪੰਜ ਪੀਬੀ ਆਪਾਂ ਕਹਿ ਸਕਦੇ ਹਾਂ ਕਿ 5000 ਟੀਬੀ ਜਿਆਦਾ ਸੋ অলਮੋਸਟ ਇੱਕ ਇੱਕ ਟੀਬੀ ਜੋ ਇੰਨੀ ਕੁ ਸਹੀ ਢਾਰਡਿਕਸਾਂ ਦੀ ਹੈ ਇਹੋ ਜੀਆਂ 5000 ਹਾਰਡ ਡਿਸਕਸ ਸੋ অলਮੋਸਟ ਆਪਾਂ ਕਹਿ ਸਕਦੇ ਕਿ ਇੱਕ ਕਮਰੇ ਵਿੱਚ ਆਪਾਂ 500 ਹਾਰਡ ਡਿਸਕਸ ਇੰਨੀ ਸਹੀ ਢਿਆ ਰੱਖ ਸਕਦੇ ਹਾਂ ਸੋ 10 ਕਮਰੇ ਵਿੱਚ ਜਿੰਨੀ ਹਾਰਡ ਡਿਸਕਸ ਰੱਖਿਆ ਜਾਏਗੇ ਇੰਨੀ ਕੁ ਸਟੋਰੇਜ ਹੈ ਜਿਪਾਂ ਸਾਰੇ ਇਤਿਹਾਸ ਤੋਂ ਲੈ ਕੇ ਅਕਾਫਿਕਰ ਦੀ ਸਾਰੀ ਰਿਟਰਨ ਚੀਜ਼ਾਂ ਸਟੋਰ ਕਰ ਸਕਦੇ ਹਾਂ ਜੇ ਆਪਾਂ ਉਹਨਾਂ ਨੂੰ ਫਿਜ਼ੀਕਲ ਫਾਰਮ ਵਿੱਚ ਸਟੋਰ ਕਰਨ ਦੀ ਕੋਸ਼ਿਸ਼ ਕਰੀਏ ਤੇ ਉਹ ਬਿਲਕੁਲ ਹੀ ਪੋਸੀਬਲ ਨਹੀਂ ਹੈਗਾ on the ਤੇ ਪੂਰਾ ਇੱਕ ਸ਼ਹਿਰ ਵੀ ਭਰ ਜਾਏਗਾ ਫਿਰ ਵੀ ਜਗ੍ਹਾ ਘਟ ਪੇਗੀ ਸੋ ਇਹਨੂੰ ਕਹਿੰਦੇ ਆ ਟੈਕਨੋਲੋਜੀ ਆ ਆਂਦੀ ਹੈ ਹਾਰਡ ਡਿਸਕ ਦੀ ਆਪਣੀ ਟੈਕਨੋਲੋਜੀ ਜਿਸ ਕਿ ਇੱਕ ਪੂਰੇ ਸ਼ਹਿਰ ਤੋਂ ਜ਼ਿਆਦਾ ਜਗ੍ਹਾ ਮੁੱਲਣ ਵਾਲੀ ਚੀਜ਼ ਨੂੰ ਇੱਕ 10 ਕਮਰੇ ਜਿੰਨੀ ਜਗ੍ਹਾ ਸਟੋਰ ਕਰਕੇ ਰੱਖ ਸਕਦਾ ਹੈ ਸੋ ਗਾਇਸ ਅੱਜ ਦੀ ਵੀਡੀਓबस ਬਸ ਇੰਨਾ ਹੀ ਸਬਸਕ੍ਰਾਈਬ ਕਰੋ ਮਿਕਸਡਰ YouTube ਚੈਨਲ ਇਹੋ ਜਿਹੀ ਹੋਰ ਵੀਡੀਓਸ ਦੇਖਣ ਵਾਸਤੇ